ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਂਝ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਤੱਗੜ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜ਼ਿਲ੍ਹਾ ਜਲੰਧਰ ਦੇ ਅਤੇ ਦੁਆਬੇ ਦਾ ਮਸ਼ਹੂਰ ਪਿੰਡ ਜੜਿਆਲਾ ਮੰਜਕੀ, ਜਿੱਥੇ ਕਿ ਖੇਡਾਂ ਦੇ ਵਿੱਚ ਸਭ ਤੋਂ ਅੱਗੇ ਮੰਨਿਆ ਜਾਂਦਾ, ਜਿੱਥੇ ਧੀਆਂ ਦੀਆਂ ਲੋਹੜੀਆਂ ਪਾਈਆਂ ਜਾਂਦੀਆਂ, ਜਿੱਥੇ ਜ਼ਰੂਰਤਮੰਦ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਜਾਂਦੇ ਆ, ਜਿੱਥੇ ਦੁਸਹਿਰਾ ਲੱਗਦਾ, ਜਿੱਥੇ ਹੋਰ ਵੱਡੇ ਵੱਡੇ ਕਾਰਜ ਹੁੰਦੇ ਆ। ਜੇਕਰ ਪੜ੍ਹਾਈ ਪੱਖੋਂ ਮੰਨਿਆ ਜਾਵੇ ਤਾਂ ਵੀ ਸਭ ਤੋਂ ਅੱਗੇ ਮੰਨਿਆ ਜਾਂਦਾ। ਅੱਜ ਇੱਕ ਜਿਹੜੀ ਨਵੇਕਲੀ ਪਹਿਲ USA ਦੇ NRI ਜਿਹੜੇ ਕਿ ਜਤਿੰਦਰ ਜੌਹਲ, ਜੋ ਕਿ ਕਬੱਡੀ ਦੇ ਬੜੇ ਵੱਡੇ ਪ੍ਰਮੋਟਰ ਮੰਨੇ ਜਾਂਦੇ ਆ, ਉਹਨਾਂ ਵੱਲੋਂ ਇੱਕ ਪਹਿਲ ਕੀਤੀ ਜਾ ਰਹੀ ਆ, ਜਿਹੜਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 550 ਬੂਟੇ ਨਗਰ ਦੇ ਵਿੱਚ ਲਗਾਏ ਜਾ ਰਹੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਨਾਲ ਹੀ ਸਾਡੇ ਜਿਹੜੇ ਜੜਿਆਲਾ ਮੰਜਕੀ ਦੇ ਇਸ ਵਾਰ ਦੇ ਚੁਣੇ ਹੋਏ ਸਰਪੰਚ ਮੱਖਣ ਪੱਲਨ ਜੀ, ਉਹ ਵੀ ਸਾਡੇ ਨਾਲ ਆ, ਉਹ ਵੀ ਕਾਫੀ ਸਹਿਯੋਗ ਦੇ ਰਹੇ ਆ, ਜੇ ਉਹ ਵੀ NRI ਆਪਣੇ ਨਗਰ ਲਈ ਸਪੋਰਟ ਕਰਦਾ, ਕੰਮ ਕਰਦਾ, ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜਦੇ ਆ। ਅਤੇ ਉਹਨਾਂ ਦੇ ਨਾਲ ਹੀ ਸਾਥੀ ਜਿਹੜੇ ਗੁਰਪ੍ਰੀਤ ਸਿੰਘ ਜੌਹਲ, ਉਹ ਵੀ ਇੱਥੇ ਹਾਜ਼ਰਾ, ਜਿਹੜਾ ਕਿ ਸਵੇਰ ਤੋਂ ਆਪਣੇ ਨਗਰ ਦੇ ਵਿੱਚ ਬੂਟੇ ਲਾ ਰਹੇ ਆ, ਨਗਰ ਦੇ ਵਿੱਚ ਸੀਮੈਂਟ ਦੀਆਂ ਕੁਰਸੀਆਂ ਵੀ ਰੱਖ ਰਹੇ ਆ, ਉਹ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੌਹਲ ਸਾਹਿਬ, ਜਤਿੰਦਰ ਜੌਹਲ ਜੀ, ਤੁਸੀਂ ਕਬੱਡੀ ਨੂੰ ਪ੍ਰਮੋਟ ਕਰ ਰਹੇ ਹੋ, ਖੇਡਾਂ ਦੇ ਵਿੱਚ ਜਾ ਰਹੇ ਹੋ, ਧੀਆਂ ਦੀ ਲੋਹੜੀ ਵੀ ਪਾ ਰਹੇ ਹੋ, ਜੇਕਰ ਕਿਸੇ ਨੂੰ ਪੜ੍ਹਾਈ ਦੀ ਲੋੜ ਆ, ਪੈਸੇ ਨਹੀਂ, ਫੀਸਾਂ ਵੀ ਦੇ ਰਹੇ ਹੋ, ਜਿਹੜੀਆਂ ਨਵੇਕਲੀ ਪਹਿਲ ਤੁਸੀਂ ਆਪਣੇ ਨਗਰ ਵਿੱਚ ਕੀਤੀ ਆ, 550 ਬੂਟੇ ਲਾ ਰਹੇ ਹੋ ਇਸ ਵਕਤ, ਕੀ ਦਿਮਾਗ ਵਿੱਚ ਆਇਆ, ਤੁਹਾਡੇ ਕੀ ਖਿਆਲ ਆਇਆ ਸੀ? ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਗੁਰਪੁਰਬ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹਰ ਵਧੀਆ ਮਨਾ ਰਿਹਾ, ਹਰ ਆਪਣੇ ਆਪਣੇ ਢੰਗ ਨਾਲ ਮਨਾ ਰਿਹਾ। ਅਸੀਂ ਬਾਬਾ ਨਾਨਕ ਜੀ ਦੇ ਬਰਥਡੇ ਨੂੰ 550 ਬੂਟੇ ਲਾ ਕੇ ਅਸੀਂ ਆਪਣੇ ਤਰ੍ਹਾਂ ਮਨਾ, ਇਹਨਾਂ ਨੂੰ ਲੋਕਾਂ ਨੂੰ ਬੈਠਣ ਨੂੰ, ਜਿੱਦਾਂ ਪ੍ਰਦੂਸ਼ਣ ਸਾਫ਼ ਹੋਵੇ, ਸਾਰਾ ਕੁਛ ਹੋਵੇ, ਅਸੀਂ ਚਾਹੁੰਦੇ ਹਾਂ ਹਰ ਪਿੰਡ ਵਿੱਚ ਇੱਦਾਂ ਬੂਟੇ ਲਗਾਏ ਜਾਣ। ਤੁਸੀਂ ਬੂਟੇ ਵੀ ਲਾ ਰਹੇ ਹੋ, ਕਿਹੜੇ ਕਿਹੜੇ ਬੂਟੇ ਲਾਏ ਜਾ ਰਹੇ ਆ ਨਗਰ ਦੇ ਵਿੱਚ? ਨਗਰ ਦੇ ਵਿੱਚ ਜਿੱਦਾਂ ਨਿੰਮ ਲਾ ਰਹੇ ਆ, ਡੇਕ ਲਾ ਰਹੇ ਆ, ਫਲਾਂ ਦੇ ਬੂਟੇ ਲੱਗ ਰਹੇ ਆ, ਹੋਰ ਕਾਫੀ ਤਰ੍ਹਾਂ ਦੇ ਬੂਟੇ ਲਵਾ ਰਹੇ ਆ। ਜੌਹਲ ਸਾਹਿਬ, ਇਹ ਜਿਹੜਾ ਤੁਸੀਂ ਕਾਰਜ ਵਧੀਆ ਕਰ ਰਹੇ ਹੋ, ਸਾਰੇ ਲੋਕ ਸ਼ਲਾਘਾ ਕਰਦੇ ਆ, ਪਰ ਇੱਕ ਹਾਲਾਤ ਇਹੋ ਜਿਹੇ ਬਣ ਜਾਂਦੇ ਆ, NRI ਆਉਂਦੇ ਆ ਜਾਂ ਪਿੰਡ ਦੇ ਪਤਵੰਤੇ ਸੱਜਣ, ਬੂਟੇ ਤਾਂ ਲਾ ਜਾਂਦੇ ਆ ਪਰ ਉਹਦੀ ਪਰਵਰਿਸ਼ ਕਰਨੀ ਬੜੀ ਔਖੀ ਹੋ ਜਾਂਦੀ ਆ, ਚਾਹੇ ਅਵਾਰਾ ਪਸ਼ੂ ਖਰਾਬ ਕਰ ਦਿੰਦੇ ਆ ਜਾਂ ਕਿਸੇ ਹੋਰ ਮੌਸਮ ਵੱਲੋਂ ਜਾਂ ਉਹਨਾਂ ਨੂੰ ਪਾਣੀ ਨਾ ਪੈਣਾ, ਇਸ ਕਾਰਨ ਬੂਟੇ ਮਰ ਜਾਂਦੇ ਆ। ਇਹਨਾਂ ਨੂੰ ਵਧਾਉਣ ਤੱਕ ਇਹਨਾਂ ਦੀ ਪੂਰੀ ਪਰਵਰਿਸ਼ ਲਈ ਵੀ ਕੋਈ ਖਾਸ ਪ੍ਰਬੰਧ ਤੁਸੀਂ ਕਰ ਰਹੇ ਹੋ ਕਿ ਜਾਂ ਬੂਟੇ ਲਾ ਕੇ ਤੁਸੀਂ ਵਾਪਸ ਵਿਦੇਸ਼ ਚਲੇ ਜਾਣਾ? ਅਸੀਂ ਜਿੱਦਾਂ ਇਹਦੇ ਲਈ ਇੱਕ ਬੰਦਾ ਅਸੀਂ ਆਪਣਾ ਸਪੈਸ਼ਲ ਇੱਕ ਬੰਦਾ ਰੱਖ ਕੇ ਚੱਲੇ ਆ, ਜਿਹੜਾ ਇਹਨਾਂ ਨੂੰ ਪਾਣੀ ਲਾਊਗਾ, ਬਾਕੀ ਅਸੀਂ ਆਪਣੇ ਸਰਪੰਚ ਸਾਹਿਬ ਨੂੰ ਕਹਿ ਕੇ ਚੱਲੇ ਆ, ਤੁਸੀਂ ਇਹਨਾਂ ਦੀ ਦੇਖਭਾਲ ਕਰੋ, ਇਹ ਕਹਿੰਦੇ ਸਾਡੀ ਜ਼ਿੰਮੇਵਾਰੀ, ਅਸੀਂ ਇਹਨਾਂ ਨੂੰ ਦੇਖਭਾਲ ਕਰਾਂਗੇ। ਜਿਹੜੇ ਹੋਰ ਬਾਕੀ ਨਗਰ ਦੇ ਲੋਕ ਆ, ਪੂਰੇ ਪੰਜਾਬ ਦੇ ਲੋਕ ਤੁਹਾਨੂੰ ਵੇਖ ਰਹੇ ਆ, ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ, ਜਿਹੜੇ ਕਾਫੀ ਅੱਜ ਤੋਂ 50-50 ਸਾਲ, 60-60 ਸਾਲ ਪਹਿਲਾਂ ਇੱਥੋਂ ਜੰਮ ਪਲ ਕੇ ਆਪਣੇ ਵਿਦੇਸ਼ਾਂ ਵਿੱਚ ਜਾ ਕੇ ਵਧੀਆ ਸੈਟਲ ਆ, ਪਰ ਪੰਜਾਬ ਦੀ ਧਰਤੀ ਵੱਲ ਘੱਟ ਆਉਂਦੇ, ਹਾਲਾਂਕਿ ਹੁਣ ਥੋੜ੍ਹਾ ਜਿਹਾ ਰੁਝਾਨ ਵੱਧ ਰਿਹਾ NRI ਦਾ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਅਜੇ ਤੱਕ ਨਹੀਂ ਆਉਂਦੇ NRI, ਖਾਸ ਤੌਰ 'ਤੇ ਆਪਣੇ ਪਿੰਡਾਂ ਨਾਲ ਨਹੀਂ ਜੁੜਦੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹੀ ਚਾਹੁੰਦੇ ਅਸੀਂ ਪਿੰਡਾਂ ਨਾਲ ਜੁੜੋ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਆਪਣੀ ਪੰਚਾਇਤ ਨਾਲ ਸੰਪਰਕ ਕਰੋ, ਜਿਹੜੇ ਹੋਰ ਜਿੱਦਾਂ ਵਧੀਆ ਕੰਮ ਕਰਦੇ ਆ, ਜਿੱਦਾਂ ਰਾਜਾ ਭਾਜੀ ਆ, ਇਹ ਵਧੀਆ ਕੰਮ ਕਰਦੇ, ਗੋਪੀ ਜੌਹਲ ਆ, ਇਹ ਵਧੀਆ ਕੰਮ ਕਰਦੇ, ਇਹਨਾਂ ਨਾਲ ਤੁਸੀਂ ਜੁੜੋ ਅਤੇ ਇਹਨਾਂ ਨੂੰ ਪੁੱਛੋ ਕੀ ਪ੍ਰੋਬਲਮ ਆ ਪਿੰਡ ਲਈ, ਉਹ ਉਹਨਾਂ ਨੂੰ ਕਰਨਾ ਚਾਹੀਦਾ ਪਿੰਡ ਲਈ। ਅਤੇ ਜਿਹੜੇ ਬੂਟੇ ਦਾ ਤੁਸੀਂ 550 ਲਾਏ ਆ, ਇਸ ਦੇ ਨਾਲ ਤੁਸੀਂ ਜਿਹੜੇ ਸੀਮਿੰਟ ਦੀਆਂ ਕੁਰਸੀਆਂ ਵੀ ਰੱਖ ਰਹੇ ਹੋ, ਇਹ ਖਿਆਲ ਕਿਸ ਤਰ੍ਹਾਂ ਆ ਅਤੇ ਨਗਰ ਦੇ ਵਿੱਚ ਕਿੱਥੇ ਕਿੱਥੇ ਰੱਖ ਚੁੱਕੇ ਹੋ ਅਤੇ ਕਿੱਥੇ ਕਿੱਥੇ ਰੱਖਣ ਦਾ ਤੁਹਾਡਾ ਪਲਾਨ ਹੈਗਾ? ਹਜੇ ਅਸੀਂ ਆਪਣੇ ਬਾਬਾ ਭੂਮੀਆਂ ਦੀ ਜਗ੍ਹਾ ਦੇ ਕੋਲੋਂ ਸ਼ੁਰੂ ਕੀਤੇ ਆ, ਕਿਉਂਕਿ ਸੋਮਵਾਰ ਨੂੰ ਇੱਥੇ ਬਹੁਤ ਸੰਗਤ ਆਉਂਦੀ ਆ, ਜਿਹੜੇ ਸਿਆਣੇ ਲੋਕ ਆਉਂਦੇ ਆ ਤਾਂ ਉਹਨਾਂ ਨੂੰ ਫਿਰ ਦਿੱਕਤ ਆਉਂਦੀ ਆ ਤੁਰ ਕੇ ਆਉਣ ਦੀ, ਅਤੇ ਬੈਠਣ ਦੀ ਜਗ੍ਹਾ ਨਹੀਂ ਹੁੰਦੀ, ਇਸ ਕਰਕੇ ਰੱਖਿਆ। ਹੋਰ ਅਸੀਂ ਜਿੱਦਾਂ ਸਰਪੰਚ ਸਾਹਿਬ ਸਾਨੂੰ ਕਹਿਣਗੇ ਅਤੇ ਗੋਪੀ ਜੌਹਲ ਨੂੰ ਜਿੱਥੇ ਜਿੱਥੇ ਕਹਿਣਗੇ, ਅਸੀਂ ਉੱਥੇ ਦੁਸਹਿਰਾ ਗਰਾਊਂਡ ਦੇ ਕੋਲ ਵੀ ਥੋੜ੍ਹੇ ਜਿਹਾ ਰੱਖਾਂਗੇ, ਅਤੇ ਬਾਕੀ ਜੋ ਸਰਪੰਚ ਸਾਹਿਬ ਸਾਨੂੰ ਕਹਿਣਗੇ ਉੱਥੇ ਉੱਥੇ ਰੱਖਾਂਗੇ ਅਸੀਂ। ਅਤੇ ਆਖਰ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ? ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ, ਜਿੰਨੇ ਵੀ ਬੂਟੇ ਲਗਾ ਸਕਦੇ ਆ ਤੁਸੀਂ ਬੂਟੇ ਲਗਾਓ, ਪ੍ਰਦੂਸ਼ਣ ਸਹੀ ਹੋਊ ਤਾਂ ਆਪਣੇ ਪਿੰਡ ਲਈ ਜਿੰਨਾ ਵੱਧ ਕੇ NRI ਕਰ ਸਕਦੇ ਆ ਸਾਰੇ ਕਰਨ। ਸਰਪੰਚ ਸਾਹਿਬ, ਬੜੀ ਵੱਡੀ ਦੇਣ ਆ ਤੁਹਾਡੇ ਲਈ, ਤੁਹਾਨੂੰ ਜਿਹੜਾ ਇਸ ਵਾਰ ਤੁਸੀਂ ਸਰਪੰਚ ਚੁਣੇ ਗਏ ਹੋ, ਜੇਕਰ NRI ਦੇ ਵੱਲੋਂ ਮੰਨਿਆ ਜਾਵੇ ਤਾਂ ਤੁਸੀਂ NRI ਦੇ ਚੇਤੇ ਬਣੇ ਹੋ, ਕਿਉਂਕਿ ਕਈ ਵਾਰ ਹੋ ਜਾਂਦਾ ਪਿੰਡਾਂ ਦੇ ਵਿੱਚ ਟਸਲਾਂ ਹੁੰਦੀਆਂ, ਪਾਰਟੀਬਾਜ਼ੀਆਂ ਹੁੰਦੀਆਂ, ਪਰ ਉੱਥੇ ਇੱਕ ਈਗੋ ਟਾਈਪ ਦੇ ਕਾਰਨ NRI ਨੂੰ ਥੋੜ੍ਹਾ ਘੱਟ ਪੁੱਛਿਆ ਜਾਂਦਾ, ਪਰ ਤੁਹਾਡੇ 'ਚ ਇਹ ਗੁਣ ਦੇਖਣ ਨੂੰ ਮਿਲਿਆ, ਤੁਸੀਂ ਸਾਰਿਆਂ ਨਾਲ ਲੈ ਕੇ ਚੱਲੇ ਹੋ, ਸੋ ਕੀ ਮਹਿਸੂਸ ਕਰ ਰਹੇ ਹੋ ਅਤੇ ਜਿਹੜਾ ਇਹ ਕਾਰਜ ਜਤਿੰਦਰ ਜੌਹਲ ਵੱਲੋਂ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਜੀ, NRI ਤੋਂ ਬਿਨਾਂ ਜੇ ਅਸੀਂ ਕਹਿ ਦਈਏ ਨਾ, ਵੀ ਜਿਵੇਂ ਆਦਮੀ ਪਾਣੀ ਤੋਂ ਬਿਨਾਂ
ਹਵਾ ਤੋਂ ਬਿਨਾਂ ਆਕਸੀਜਨ ਤੋਂ ਬਿਨਾਂ ਨਹੀਂ ਬਚ ਸਕਦਾ। ਇਸੇ ਤਰ੍ਹਾਂ ਹੀ ਸਾਡੀ ਮੰਜਕੀ ਦੀ ਧਰਤੀ ਜਿਹੜੀ ਆ ਉਹ NRI ਤੋਂ ਬਿਨਾਂ ਨਹੀਂ ਬਚ ਸਕਦੀ, ਕਿਉਂਕਿ ਸਾਡੀਆਂ ਰੂਟਸ ਜਿਹੜੀਆਂ ਜੜ੍ਹਾਂ ਆ ਉਹ NRI ਦੇ ਨਾਲ ਜੁੜੀਆਂ ਹੋਈਆਂ ਆ। ਅੱਜ ਜੇ ਸਾਡੇ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਆ, ਜੇ ਮੰਜਕੀ ਦੇ ਇਲਾਕੇ ਦੇ ਵਿੱਚ ਚਹਿਲ ਪਹਿਲ ਆ, ਉਹ ਸਾਰੇ NRI ਵੀਰਾਂ ਕਰਕੇ ਹੀ ਆ। ਔਰ ਜਿਹੜੀ ਉਹਨਾਂ ਦੀ ਦੇਣ ਆ NRI ਵੀਰਾਂ ਦੀ ਸਾਡੇ ਮੰਜਕੀ ਨੂੰ, ਖਾਸ ਕਰਕੇ ਜੰਡਿਆਲੇ ਨੂੰ, ਅਸੀਂ ਉਹਨੂੰ ਕਦੀ ਵੀ ਭੁੱਲ ਨਹੀਂ ਸਕਦੇ। ਚਾਹੇ ਉਹ ਜੰਡਿਆਲੇ ਕਾਲਜ ਦੀ ਗੱਲ ਹੋਵੇ, ਜੰਡਿਆਲੇ ਸਕੂਲ ਦੀ ਗੱਲ ਹੋਵੇ, ਧਾਰਮਿਕ ਸੰਸਥਾਵਾਂ ਦੀ ਗੱਲ ਹੋਵੇ, ਕੋਈ ਵੀ ਸੰਸਥਾ ਇਹੋ ਜਿਹੀ ਨਹੀਂ ਜਿਹੜੀ NRI ਭਰਾਵਾਂ ਤੋਂ ਸਹਿਯੋਗ ਤੋਂ ਬਿਨਾਂ ਚੱਲ ਸਕਦੀ ਆ। ਅਤੇ ਸਾਨੂੰ ਬਹੁਤ ਵੱਡਾ ਹੈ ਉਹਨਾਂ 'ਤੇ ਮਾਣ ਆ, ਔਰ ਅਸੀਂ NRI ਵੀਰਾਂ ਨੂੰ ਲੈ ਕੇ ਨਾਲ ਚੱਲ ਰਹੇ ਹਾਂ, ਕਿਉਂਕਿ ਸਾਡੇ ਇਹ ਹੀ ਜਿੱਥੇ ਖੇਡਾਂ ਦੇ ਵਿੱਚ ਇਹ ਸਾਡੇ ਪ੍ਰਮੋਟਰ ਆ, ਉਸੇ ਤਰ੍ਹਾਂ ਜੰਡਿਆਲੇ ਦੀ ਡਿਵੈਲਪਮੈਂਟ ਦੇ ਲਈ ਵੀ ਸਾਡੇ NRI ਵੀਰ ਸਾਡੇ ਇਹ ਪ੍ਰਮੋਟਰ ਆ। ਔਰ ਸਾਨੂੰ ਮਾਣ ਆ ਕਿ ਜੰਡਿਆਲੇ ਦੀ ਡਿਵੈਲਪਮੈਂਟ ਦੇ ਲਈ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ। ਸਰਪੰਚ ਸਾਹਿਬ, ਜਿਵੇਂ ਜਤਿੰਦਰ ਜੌਲ ਹੁਣੀ ਕਹਿ ਕੇ ਹਟਿਆ ਕਿ ਅਸੀਂ ਬੂਟੇ ਲਾ ਚੱਲੇ ਹਾਂ, ਅਤੇ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਆ ਅਤੇ ਇਹਨਾਂ ਦੇ ਹਵਾਲੇ ਕਰ ਚੁੱਕੇ ਹਾਂ, ਇਹਨਾਂ ਨੂੰ ਗੋਦ ਦੇ ਚੁੱਕੇ ਹਾਂ ਵੀ ਬੂਟਿਆਂ ਦੀ ਸੰਭਾਲ ਤੁਸੀਂ ਕਰਨੀ ਆ। ਤੁਸੀਂ ਵੀ ਜਾਣਦੇ ਹੋ ਪਿੰਡਾਂ ਦੇ ਪਿੰਡਾਂ ਵਿੱਚ ਐਤਕੀ 550 ਬੂਟੇ ਤਾਂ ਲਾਏ ਗਏ ਆ, ਬੜਾ ਵੱਡਾ ਕਦਮ ਪੁੱਟਿਆ ਗਿਆ, ਪਰ ਕਈ ਪਿੰਡਾਂ 'ਚ ਇਹ ਵੀ ਵੇਖਿਆ ਕਿ ਕੁਝ ਦਿਨਾਂ ਬਾਅਦ 15-20 ਦਿਨਾਂ ਬਾਅਦ ਜ਼ਿਆਦਾ ਬੂਟੇ ਪੁੱਟ ਹੋ ਗਏ, ਜਾਂ ਉਹਨਾਂ ਦੀ ਪਰਵਰਿਸ਼ ਨਹੀਂ, ਜਾਂ ਆਵਾਰਾ ਪਸ਼ੂਆਂ ਵੱਲੋਂ ਖਰਾਬ ਕਰ ਦਿੱਤੇ ਗਏ। ਸੋ ਇਹਨਾਂ ਬੂਟਿਆਂ ਦੀ ਸੰਭਾਲ ਲਈ ਕੀ ਯਤਨ ਆ ਤੁਹਾਡੇ? ਸਭ ਤੋਂ ਵੱਡੀ ਪਹਿਲ ਕਦਮੀ ਤਾਂ ਅਸੀਂ ਇਹ ਕੀਤੀ ਆ ਕਿ ਪੰਚਾਇਤ ਵੱਲੋਂ ਅਸੀਂ ਮਤਾ ਪਾ ਕੇ ਜਿਹੜੇ ਗੁੱਜਰਾਂ ਦੇ ਪਸ਼ੂ ਸਾਡੇ ਪਿੰਡਾਂ ਦੇ ਵਿੱਚ ਵੜਦੇ ਸੀ ਉਹ 'ਤੇ ਅਸੀਂ ਪਾਬੰਦੀ ਲਾ ਦਿੱਤੀ ਆ ਕਿ ਗੁੱਜਰ ਜਿਹੜੇ ਆ ਪਸ਼ੂ ਲੈ ਕੇ ਸਾਡੇ ਪਿੰਡ ਦੇ ਵਿੱਚ ਜਿਹੜੇ ਆ ਉਹ ਨਹੀਂ ਵੜ ਸਕਦੇ। ਦੂਜੇ ਇਹ ਆ ਵੀ ਜਿਹੜੇ 550 ਬੂਟੇ ਪੰਚਾਇਤ ਨੇ ਵੀ ਆਪਣੇ ਵੱਲੋਂ ਲਵਾਏ ਆ, ਔਰ NRI ਵੀਰ ਸਾਡਾ ਜਤਿੰਦਰ ਜੌਲ ਵੱਲੋਂ ਵੀ ਜਿਹੜੇ 550 ਬੂਟੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਜਿਹੜੇ ਲਗਾਏ ਜਾ ਰਹੇ ਆ। ਅੱਜ ਦਾ ਸਮਾਂ ਆ, ਲੋੜ ਆ ਕਿ ਦਰੱਖਤਾਂ ਦੀ, ਕਿਉਂਕਿ ਸਾਡੇ ਜਿਹੜੇ ਆ ਪ੍ਰਦੂਸ਼ਣ ਬਹੁਤ ਵੱਧ ਰਿਹਾ ਆ, ਔਰ ਲੋੜ ਆ ਸਾਨੂੰ ਬੂਟਿਆਂ ਦੀ। ਔਰ ਬੂਟੇ ਉਹਨਾਂ ਚਿਕਰ ਨਹੀਂ ਬਚ ਸਕਦੇ ਜਿੰਨਾ ਚਿਕਰ ਅਸੀਂ ਉਹਨਾਂ ਦੀ ਦੇਖਭਾਲ ਜਾਂ ਸੰਭਾਲ ਨਹੀਂ ਕਰਦੇ। ਜਿੱਦਾਂ ਅਸੀਂ ਆਪਣੇ ਬੱਚੇ ਦੀ ਸੰਭਾਲ ਕਰਦੇ ਹਾਂ, ਉਸੇ ਤਰ੍ਹਾਂ ਹੀ ਪੌਦੇ ਦੀ ਸੰਭਾਲ ਕਰਨੀ ਪੈਂਦੀ ਆ। ਇਹਨਾਂ ਪੌਦਿਆਂ ਲਈ ਅਸੀਂ ਟ੍ਰੀ ਗਾਰਡ ਜਿਹੜੇ ਆ ਉਹ ਲਗਵਾਵਾਂਗੇ ਜੀ। ਇੱਕ ਜਤਿੰਦਰ ਜੌਲ ਵੱਲੋਂ ਇੱਕ ਪਰਮਾਨੈਂਟ ਬੰਦਾ ਰੱਖਿਆ, ਕੁਛ ਅਸੀਂ ਨਰੇਗਾ ਵੱਲੋਂ ਵੀ ਜਿਹੜੇ ਆ ਲੋਕਾਂ ਨੂੰ ਇਸ ਗੱਲ ਲਈ ਬੇਨਤੀ ਕਰਾਂਗੇ ਕਿ ਆ ਜਿਹੜੇ ਬੂਟੇ ਅਸੀਂ ਲਗਾਏ ਜਾ ਰਹੇ ਆ ਇਹਨਾਂ ਦੀ ਪਰਵਰਿਸ਼ ਵਧੀਆ ਕੀਤੀ ਜਾਵੇ, ਤਾਂ ਕਿ ਜਿਸ ਆਸ ਨਾਲ ਇਹ ਬੂਟੇ ਲਗਾਏ ਗਏ ਆ ਉਹਨਾਂ ਦੀਆਂ ਜਤਿੰਦਰ ਜੌਲ ਦੀਆਂ ਜਿਹੜੀਆਂ ਭਾਵਨਾਵਾਂ ਆ ਵੀ ਇਹ ਬੂਟੇ ਜਿਹੜੇ ਵਧੀਆ ਬੂਟੇ ਬਣਨ, ਲੋਕਾਂ ਨੂੰ ਸ਼ਾਨਦਾਰ ਵੀ ਮਿਲੇ, ਲੋਕਾਂ ਨੂੰ ਆਕਸੀਜਨ ਵੀ ਮਿਲੇ, ਅਸੀਂ ਜਿਹੜੇ ਸਾਡੇ NRI ਵੀਰ ਦੇ ਮਨ ਦੀਆਂ ਭਾਵਨਾਵਾਂ ਆ ਅਸੀਂ ਉਹਨਾਂ ਨੂੰ ਇਹ ਪੂਰਾ ਕਰਾਂਗੇ। ਸਰਪੰਚ ਸਾਹਿਬ, ਮੈਂ ਇਹ ਨਹੀਂ ਕਹਾਂਗਾ ਕਿ ਵਿਦੇਸ਼ਾਂ 'ਚ ਵੱਸਦੇ ਲੋਕਾਂ ਨੂੰ ਕੀ ਕਹੂੰਗਾ ਜਾਂ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਜਿਹੜੇ ਪੰਜਾਬ ਦੇ ਪਿੰਡਾਂ ਦੇ ਸਰਪੰਚ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗੇ, ਕਿਉਂਕਿ ਹਰ ਇੱਕ ਪਿੰਡ ਦਾ ਸਰਪੰਚ ਜੇਕਰ ਕਿਹਾ ਜਾਵੇ ਤਾਂ ਮਾਲਕ ਮੰਨਿਆ ਜਾਂਦਾ, ਕਿਉਂਕਿ 5 ਸਾਲ ਦੀ ਦੇਖ ਰੇਖ ਉਹ ਸਰਪੰਚ ਦੇ ਹੇਠ ਹੋ ਜਾਂਦੀ ਹੈ। ਸੋ ਉਹ ਸਰਪੰਚ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ? ਮੈਂ ਤਾਂ ਇਹੀ ਅਪੀਲ ਕਰੂੰਗਾ, ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਉਦੋਂ ਅਸੀਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਲੜਦੇ ਹਾਂ, ਜਦੋਂ ਅਸੀਂ ਬਣ ਜਾਈਦਾ ਆ ਫਿਰ ਅਸੀਂ ਪਿੰਡ ਦੇ ਸਾਂਝੇ ਬਣ ਜਾਈਦਾ ਆ। ਇਹਦੇ ਲਈ ਮੈਂ ਇਹ ਬੇਨਤੀ ਕਰੂੰਗਾ ਕਿ ਪਿੰਡਾਂ ਦੇ ਵਿੱਚ ਜਿਹੜੀ ਆ ਧੜੇਬੰਦੀ ਦੂਰ ਕੀਤੀ ਜਾਵੇ, ਔਰ ਸਾਰੀਆਂ ਲੋਕਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਤਾਂ ਕਿ ਪਿੰਡ ਦੇ ਲੋਕਾਂ ਦੀ ਡਿਵੈਲਪਮੈਂਟ ਹੋ ਸਕੇ, ਤਾਂ ਕਿ ਜਿਹੜੇ ਸਾਡੇ NRI ਵੀਰ ਆ ਉਹਨਾਂ ਨੂੰ ਵੀ ਇਹ ਲੱਗੇ ਕਿ ਸਾਡੇ ਪਿੰਡ ਦੀ ਜਿਹੜੀ ਆ ਡਿਵੈਲਪਮੈਂਟ ਜਿਹੜੀ ਆ ਪਾਰਟੀ ਤੋਂ ਉੱਪਰ ਉੱਠ ਕੇ ਜਿਹੜੇ ਆ ਸਾਂਝੇ ਲੋਕਾਂ ਨੂੰ ਨਾਲ ਲੈ ਕੇ ਵੀ ਇਹ ਪੰਚਾਇਤ ਜਿਹੜੀ ਆ ਚੱਲ ਰਹੀ ਆ। ਅਤੇ ਸਾਨੂੰ ਬਹੁਤ ਸਾਰੀਆਂ ਆਸ਼ਾਵਾਂ ਆ NRI ਵੀਰਾਂ ਤੋਂ। ਮੈਂ ਇਹ ਗੱਲ ਜ਼ਰੂਰ ਬੇਨਤੀ ਕਰੂੰਗਾ NRI ਵੀਰਾਂ ਨੂੰ ਕਿ ਤੁਸੀਂ ਅੱਗੇ ਆਣ ਕੇ ਸਾਡੇ ਪਿੰਡ ਦੀ ਡਿਵੈਲਪਮੈਂਟ ਦੇ ਲਈ ਆਪਣਾ ਯੋਗਦਾਨ ਪਹਿਲਾਂ ਵੀ ਦਿੰਦੇ ਸੀ ਅਤੇ ਹੁਣ ਵੀ ਦਿਓ, ਇਹੀ ਸਾਡਾ ਮੈਸੇਜ ਆ, ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਵੱਸਦੇ ਆ ਜਿਹੜੇ ਹਿੰਦੁਸਤਾਨ ਦੇ ਵਿੱਚ ਨਹੀਂ ਆਉਂਦੇ, ਅਤੇ ਉਹਨਾਂ ਲਈ ਇੱਕ ਮੈਸੇਜ ਆ ਕਿ ਤੁਸੀਂ ਜਦੋਂ ਪਿੰਡ ਦੇ ਲੋਕਾਂ ਨਾਲ ਪਿੰਡ ਦੀ ਮੋਹ ਦੇ ਨਾਲ ਜੁੜੂੰਗੇ ਅਤੇ ਕੁਦਰਤੀ ਗੱਲ ਹੈਗੀ ਆ ਤੁਹਾਡੇ ਬੱਚੇ ਵੀ ਇੱਥੇ ਜਿਹੜਾ ਆ ਆਉਣਾ ਪਸੰਦ ਕਰਨਗੇ, ਇੱਥੋਂ ਦਾ ਵਾਤਾਵਰਨ ਪਸੰਦ ਕਰਨਗੇ। ਅਤੇ ਇਹਦੇ ਲਈ ਸਾਡੀ NRI ਵੀਰਾਂ ਨੂੰ ਜ਼ਰੂਰ ਬੇਨਤੀ ਆ ਕਿ ਅਸੀਂ ਪਿੰਡ ਦੀ ਡਿਵੈਲਪਮੈਂਟ ਦੇ ਲਈ ਅੱਗੇ ਹੋ ਕੇ ਚੱਲੀਏ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿੱਚ ਕੰਮ ਕਰੀਏ। ਸੋ ਹੁਣ ਅਸੀਂ ਗੱਲ ਕੀਤੀ ਸੀ ਜਤਿੰਦਰ ਜੌਲ ਨਾਲ, ਜਿਹੜੇ ਕਿ USA ਤੋਂ ਆਪਣੇ ਨਗਰ ਦੇ ਨਾਲ ਕਾਫੀ ਪਿਆਰ ਕਰਦੇ ਆ, ਨਾਲ ਹੀ ਪਿੰਡ ਦੇ ਸਰਪੰਚ ਮੱਖਣ ਪੱਲਣ ਜੀ ਨਾਲ ਗੱਲ ਕੀਤੀ। ਜੇਕਰ ਮੈਂ ਕੈਮਰਾਮੈਨ ਨੂੰ ਕਹਾਂਗਾ, ਇਸ ਵਕਤ ਅਸੀਂ ਜਿਹੜੇ ਜੜਿਆਲਾ ਤੋਂ ਥਾਬੜ ਕੇ ਰੋਡ 'ਤੇ ਖੜ੍ਹੇ ਹਾਂ, ਮੈਂ ਦਿਖਾਉਣਾ ਚਾਹਾਂਗਾ ਕਿ ਇਹ ਜਿਹੜਾ ਇੱਥੇ ਦਾ ਫੁੱਟਪਾਥ ਕਹਿ ਸਕਦੇ ਜਾਂ ਜਿਹੜੀ ਰੋਡ ਤੋਂ ਐਕਸਟਰਾ ਜਗ੍ਹਾ ਹੈਗੀ ਆ, ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਦਿਖਾਇਆ ਜਾਵੇ, ਇਹਦੇ ਉੱਤੇ ਜਿਹੜਾ ਕਾਫੀ ਜੰਗਲ ਜਿਹਾ ਬਣਿਆ ਸੀ, ਬੂਟੀਆਂ ਸੀ, ਵਾਧੂ ਘਾਹ ਸੀ, ਉਸ ਨੂੰ ਸਾਰਾ ਜਤਿੰਦਰ ਜੌਲ ਵੱਲੋਂ ਸਾਫ਼ ਕਰਾ ਕੇ ਇਸ ਵਕਤ ਸਫਾਈ ਵੀ ਕੀਤੀ ਗਈ ਹੈਗੀ ਆ। ਅਤੇ ਤੁਸੀਂ ਵੇਖ ਰਹੇ ਹੋ ਇਸੇ ਤਰ੍ਹਾਂ ਲਾਈਨ ਦੇ ਵਿੱਚ ਜਿਹੜੇ ਇਹ ਬੂਟੇ ਅੱਜ ਲਗਾਏ ਗਏ ਆ, ਅਤੇ ਜਿਹੜੀਆਂ ਇੱਥੇ
ਸੀਮੈਂਟ ਦੀਆਂ ਕੁਰਸੀਆਂ ਉਹ ਵੀ ਰੱਖੀਆਂ ਗਈਆਂ ਆ। ਇਹ ਜਿਹੜੇ ਯਤਨ ਹੈਗੇ ਆ NRI ਵੱਲੋਂ ਬੜੇ ਵਧੀਆ ਪੱਧਰ 'ਤੇ ਕੀਤੇ ਜਾਂਦੇ ਆ। ਸੋ ਲੋੜ ਆ ਪੂਰੇ ਪੰਜਾਬ ਦੇ ਵਿੱਚ ਜਿੰਨੇ NRI ਆ ਜਾਂ ਪਿੰਡਾਂ ਦੇ ਸਰਪੰਚ ਆ ਜਾਂ ਲੋਕ ਆ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ। ਅੱਜ ਅਸੀਂ ਜੜਿਆਲੇ ਦੇ ਵਿੱਚ ਪਹੁੰਚੇ ਹਾਂ, ਹੁਣ ਅਸੀਂ ਗੱਲ ਕਰਾਂਗੇ ਗੁਰਪ੍ਰੀਤ ਸਿੰਘ ਜੌਹਲ ਨਾਲ। ਜੌਹਲ ਸਾਹਿਬ, ਇਹ ਜਿਹੜੇ 550 ਬੂਟੇ ਲਾਏ ਗਏ ਆ ਜਤਿੰਦਰ ਜੌਹਲ ਵੱਲੋਂ, ਸਰਪੰਚ ਸਾਹਿਬ ਨੇ ਵੀ ਇਹ ਵਚਨ ਕੀਤਾ ਆ ਕਿ ਜਿਹੜੇ ਬੂਟੇ ਲਾਏ ਆ ਇਹਨਾਂ ਦੀ ਪੂਰੀ ਪਰਵਰਿਸ਼ ਕਰਾਂਗੇ, ਸੋ ਹੋਰ ਕਿਹੜੇ ਕਿਹੜੇ ਜਿਹੜੇ ਕਿ ਕੰਮ ਤੁਸੀਂ ਕਰ ਰਹੇ ਹੋ ਬੂਟਿਆਂ ਦੀ ਵਧੀਆ ਦੇਖ ਰੇਖ ਲਈ, ਤੁਹਾਡਾ ਕੀ ਯੋਗਦਾਨ ਰਹੇਗਾ? ਜਿੱਦਾਂ ਜੀ ਜੜਿਆਲੇ ਵਿੱਚ ਆਲ ਓਵਰ ਸਾਰੇ ਪੰਜਾਬ ਵਿੱਚ ਸੀ, ਪਰ ਜੜਿਆਲੇ ਵਿੱਚ ਸਾਡੇ ਏਰੀਏ ਵਿੱਚ ਨਾ ਪਿਛਲੇ ਮਹੀਨੇ ਦੋ ਮਹੀਨੇ ਸਫਾਈ ਕੁਛ ਨਾ ਹੋਣ ਕਾਰਨ ਡੇਂਗੂ ਦਾ ਬਹੁਤ ਜ਼ਿਆਦਾ ਪ੍ਰਕੋਪ ਰਿਹਾ। ਉਹਦੇ ਲਈ ਵੀ NRI ਵੀਰਾਂ ਨੇ ਅਤੇ ਸਰਪੰਚ ਸਾਹਿਬ ਦੇ ਮਾਧਿਅਮ ਰਾਹੀਂ ਇਹਨਾਂ ਨੇ ਆਪਣੇ ਸਾਰੇ NRI ਵੀਰਾਂ ਦੇ ਸਹਿਯੋਗ ਨਾਲ ਜੜਿਆਲੇ ਦੇ ਲਈ ਇੱਕ 50-55 ਹਜ਼ਾਰ ਦੀ ਲਾਗਤ ਦੀ ਮਸ਼ੀਨ ਅਤੇ ਦਵਾਈ, ਜੋ ਕਿ ਸਪਰੇਅ ਪੂਰੇ ਪਿੰਡ ਵਿੱਚ ਛਿੜਕਾਓ ਹੁੰਦਾ, ਉਹ ਹਰ ਹਫ਼ਤੇ ਇੱਕ ਵਾਰੀ ਹੁੰਦਾ, ਮਹੀਨੇ ਵਿੱਚ 4 ਵਾਰੀ, ਲੋੜ ਪਈ ਤਾਂ ਵੱਧ ਵਾਰੀ ਵੀ ਕਰਨਾ, ਹਰ ਤਰ੍ਹਾਂ ਦੇ ਪਿੰਡ ਦੇ ਵਿਕਾਸ ਲਈ, ਜਿੱਦਾਂ ਕਿ ਸਫਾਈਆਂ, ਨਾਲੀਆਂ ਦੀਆਂ, ਗਲੀਆਂ ਦੀਆਂ, ਪਾਣੀ ਦਾ ਨਿਕਾਸ, ਵਾਤਾਵਰਨ ਨੂੰ ਸਾਫ਼ ਰੱਖਣ ਲਈ ਬੂਟੇ, ਇੱਦਾਂ ਦੇ ਹਰ ਵਾਰੀ ਉਪਰਾਲੇ ਕਰਦੇ ਰਹਿੰਦੇ ਆ ਜੀ। ਐਤਕੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੁਰਬ 'ਤੇ 550 ਬੂਟੇ, ਹਰ ਤਰ੍ਹਾਂ ਦੇ ਨੇਕ ਲੋਕ ਭਲਾਈ ਦੇ ਜਾਣਗੇ ਚੰਗੇ ਕੰਮਾਂ ਵਿੱਚ, ਸਰਪੰਚ ਸਾਹਿਬ ਜਤਿੰਦਰ ਜੌਹਲ ਜਾਣਗੇ ਵੱਧ ਚੜ੍ਹ ਕੇ ਸਾਰੇ ਉਪਰਾਲਾ ਕਰਦੇ ਆ ਜੀ। ਜਿਵੇਂ NRI ਜਤਿੰਦਰ ਜੌਹਲ ਅਤੇ ਤੁਸੀਂ ਸਰਪੰਚ ਸਾਹਿਬ ਦੀ ਗੱਲ ਕਰ ਰਹੇ ਹੋ, ਇਹ ਨੇਕ ਕਾਰਜ ਕਰ ਰਹੇ, ਤੁਸੀਂ ਕਹਿ ਰਹੇ ਹੋ ਪਿੰਡਾਂ ਨੂੰ ਡੇਂਗੂ ਤੋਂ ਬਚਾਉਣ ਲਈ, ਬਿਮਾਰੀਆਂ ਤੋਂ ਬਚਾਉਣ ਲਈ ਅਤੇ ਵਾਤਾਵਰਨ ਸ਼ੁੱਧ ਕਰਨ ਲਈ ਕਰ ਰਹੇ ਆ, ਅਤੇ ਤੁਸੀਂ ਯੂਥ ਹੋ, ਤੁਹਾਡੇ ਪਿੰਡ ਤੋਂ ਕਿਹੋ ਜਿਹਾ ਸਹਿਯੋਗ, ਚਾਹੇ NRI ਦੀ ਗੱਲ ਕਰ ਲਈਏ ਚਾਹੇ ਪੰਚਾਇਤ ਦੀ ਗੱਲ ਕਰ ਲਈਏ, ਕਿੰਨਾ ਕੁ ਸਹਿਯੋਗ ਪਿੰਡ ਵਾਸੀ ਵੀ ਦਿੰਦੇ ਆ? ਸਾਡੇ ਪਿੰਡ ਵਾਲੇ ਜੀ ਵੱਧ ਤੋਂ ਵੱਧ ਸਾਡੇ ਨਾਲ ਰਲ ਕੇ ਬਹੁਤ ਸੋਹਣਾ ਸਹਿਯੋਗ ਦਿੰਦੇ। ਅਸੀਂ ਹਰ ਸਾਲ ਪਿੰਡ 'ਚ ਸਾਲ ਬਾਅਦ ਪਿੰਡ ਵਿੱਚ ਟੂਰਨਾਮੈਂਟ ਕਰਵਾਉਂਦੇ ਹਾਂ, ਉਸ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ, ਉਸ ਤੋਂ ਇਲਾਵਾ ਲੋਕ ਲੜਕੀਆਂ ਦੀ ਲੋਹੜੀ, ਜਾਣੀ ਕਿ ਕੋਈ ਵੀ ਲੋਕ ਭਲਾਈ ਦਾ ਕਿਸੇ ਤਰ੍ਹਾਂ ਦਾ ਵੀ ਕੰਮ, ਕਿਸੇ ਨੂੰ ਕਿਸੇ ਚੀਜ਼ ਦੀ ਵੀ ਲੋੜ, ਇੱਥੇ ਤੱਕ ਕਿ ਮੈਡੀਕਲੀ ਸਹੂਲਤ, ਕਿਸੇ ਦੀ ਕਿਸੇ ਰਾਜਨੀਤਿਕ ਤੌਰ 'ਤੇ ਕਿਸੇ ਤਰ੍ਹਾਂ ਦੀ ਵੀ ਹੈਲਪ ਲਈ, ਸਾਡੇ ਲਈ ਸਾਡੇ ਸਾਰੇ ਪੰਚਾਇਤ ਮੈਂਬਰ ਜਤਿੰਦਰ ਜੌਹਲ USA ਤੋਂ ਸਾਰੇ ਰਲ ਮਿਲ ਕੇ ਉਪਰਾਲਾ ਕਰਦੇ ਆ ਜੀ। ਅਤੇ ਆਖਿਰ ਵਿੱਚ ਤੁਸੀਂ ਪੰਜਾਬ ਦੇ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਕਿ ਹਰ ਪਿੰਡ ਦੇ ਵਿੱਚ ਹਰਿਆਲੀ ਹੋਵੇ, ਹਰ ਪਿੰਡ ਦੇ ਵਿੱਚ ਬੂਟੇ ਲਾਏ ਜਾਣ, ਹਰ ਪਿੰਡ ਦੇ ਵਿੱਚ ਸਫਾਈ ਹੋਵੇ ਤਾਂ ਜੋ ਕਿ ਬਿਮਾਰੀਆਂ ਤੋਂ ਰਿਹਾ ਜਾ ਸਕੇ? ਮੈਂ ਤਾਂ ਇਹੀ ਕਹੂੰਗਾ ਜੀ, ਵੱਧ ਤੋਂ ਵੱਧ ਜਿੰਨੇ ਹੋ ਸਕਦਾ ਰੁੱਖ ਲਗਾਓ, ਜਿੰਨਾ ਪ੍ਰਦੂਸ਼ਣ ਤੋਂ ਰਹਿਤ ਰਹੇ, ਸਾਫ਼ ਸੁਥਰੇ ਆਪਣੇ ਪਿੰਡ ਨੂੰ, ਆਪਣੇ ਆਂਢ ਗੁਆਂਢ ਨੂੰ ਸਾਫ਼ ਸੁਥਰਾ ਰੱਖੋ ਸਫਾਈ ਦੇ ਨਾਲ, ਜਿੱਦਾਂ ਕਿ ਬਿਮਾਰੀਆਂ ਦੇ ਨਾਲ, ਉਸ ਤੋਂ ਬੈਟਰ ਸਭ ਕੁਛ ਜਿੱਥੇ ਸਫਾਈ ਆ ਉਹਦੇ ਨਾਲ ਸਭ ਕੁਛ ਸਭ ਬੈਸਟ ਆ। ਬੂਟੇ ਲਾਓ, ਰੁੱਖ ਲਗਾਓ, ਵਧੀਆ ਕੰਮ ਕਰੋ, ਆਲਾ ਦੁਆਲਾ ਸਾਫ਼ ਸੁਥਰਾ ਰੱਖੋ, ਜਿੰਨਾ ਆਉਣ ਵਾਲੀਆਂ ਪੀੜ੍ਹੀਆਂ ਵੀ ਵਧੀਆ ਰਹੂਗੀਆਂ ਜੀ ਸਾਫ਼ ਸੁਥਰਾ। ਸੋ ਤੁਸੀਂ ਵੇਖਿਆ ਅੱਜ ਅਸੀਂ ਪਹੁੰਚੇ ਸੀ ਜੜਿਆਲਾ ਮੰਚਕੀ ਦੇ ਵਿੱਚ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧ ਵਿੱਚ 550 ਬੂਟੇ ਲਾਏ ਗਏ ਆ, ਅਤੇ ਹੋਰ ਵੀ ਇਹਨਾਂ ਵੱਲੋਂ ਵੱਡੇ ਕਾਰਜ ਮੈਂ ਦੱਸਦਾ ਜਾਂਦਾ ਕੀਤੇ ਜਾਂਦੇ ਆ, ਚਾਹੇ ਕਬੱਡੀ ਟੂਰਨਾਮੈਂਟ ਦੀ ਗੱਲ ਕਰ ਲਈਏ, ਚਾਹੇ ਨਵਜੰਮੀ ਬੱਚੀਆਂ ਧੀਆਂ ਦੀ ਲੋਹੜੀ ਦੀ ਗੱਲ ਕਰ ਲਈਏ, ਚਾਹੇ ਅੱਖਾਂ ਦੇ ਓਪਰੇਸ਼ਨ ਦੀ ਗੱਲ ਕਰ ਲਈਏ, ਚਾਹੇ ਵਿੱਦਿਆ ਦੀ ਗੱਲ ਕਰ ਲਈਏ, ਚਾਹੇ ਜ਼ਰੂਰਤਮੰਦ ਲੋਕਾਂ ਦੇ ਜਿਹੜੇ ਵਿਆਹ ਆ ਬੱਚਿਆਂ ਦੇ, ਉਹਨਾਂ ਵਿੱਚ ਵੀ ਪਿੰਡ ਦੀ ਪੰਚਾਇਤ ਅਤੇ ਖਾਸ ਤੌਰ 'ਤੇ ਜਤਿੰਦਰ ਜੌਹਲ ਵੱਲੋਂ ਕਾਫੀ ਵੱਡਾ ਯੋਗਦਾਨ ਪਾਇਆ ਜਾਂਦਾ ਆ। ਸੋ ਲੋੜ ਆ ਅੱਜ ਵੀ ਪੰਜਾਬ ਦੇ ਸਰਪੰਚ ਸਾਹਿਬਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਤੌਰ 'ਤੇ NRI ਨੂੰ, ਜਿਹੜੇ ਆਪਣੇ ਪੰਜਾਬ ਦੇ ਨਾਲ ਜੁੜਿਆ, ਉਹ ਵੱਧ ਤੋਂ ਵੱਧ ਆਪਣੇ ਪਿੰਡਾਂ ਦਾ ਸਾਰ ਲੈਣ ਤਾਂ ਜੋ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਵਧੀਆ ਬਣਾਇਆ ਜਾ ਸਕੇ। ਕੈਮਰਾਮੈਨ ਨਵਦੀਪ ਸਿੰਘ ਦੇ ਨਾਲ ਹਰਦੀਪ ਸਿੰਘ ਤੱਗਰ, ਸਾਂਝ TV ਜੰਡਿਆਲਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ TV ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।